ਬਟਾਲਾ ਦੇ ਐਕਸ ਐਮ ਐਲ ਏ ਅਸ਼ਵਨੀ ਸੇਖੜੀ ਔਰ ਉਹਨਾਂ ਦੇ ਬ੍ਰਦਰ ਇੰਦਰ ਸੇਖੜੀ ਜੀ ਸਵੇਰ ਤੋਂ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਔਰ ਕਾਫੀ ਵੀਡੀਓ ਨੇ ਇੱਕ ਬਵਾਲ ਮਚਾਇਆ ਹੋਇਆ ਜਿਹਦੇ ਵਿੱਚ ਦੋਵੇਂ ਭਰਾ ਆਪਸ ਵਿੱਚ ਪੁੰਝਦੇ ਨਜ਼ਰ ਆ ਰਹੇ ਆ ਔਰ ਇੱਕ ਕੰਸਟਰਕਸ਼ਨ ਸਾਈਟ ਦੀ ਉਹ ਵੀਡੀਓ ਹੈ ਔਰ ਗੱਲ ਕਰਦੇ ਆ ਅਸ਼ਵਨੀ ਸੇਖੜੀ ਜੀ ਦਾ ਕੀ ਕਹਿਣਾ ਚਾਹੁੰਦੇ ਨੇ ਉਹ ਵੀਡੀਓ ਬਾਰੇ ਸਿੰਘ ਸਰ ਕੀ ਹੈ ਕੀ ਉਹ ਵੀਡੀਓ ਕੰਸਟਰਕਸ਼ਨ ਸਾਈਟ ਦੀ ਵੀਡੀਓ ਸਾਈਟ ਕਿਹੜੀ ਹੈ ਔਰ ਕੀ ਵੀਡੀਓ ਕੀ ਹੈ ਮੇਰਾ ਲੜਕਾ ਅਭਿਨਵ ਸੇਖੜੀ ਇੱਕ ਫੈਕਟਰੀ ਲਗਾ ਰਿਹਾ ਹੈ ਜਿਹੜੀ ਕਿ ਪਹਿਲੀ ਫੈਕਟਰੀ ਹੈ ਔਰ ਆਲਰੇਡੀ ਚੱਲਦੀ ਪਈ ਹੈ ਪਿਛਲੇ ਕਰੀਬਨ 12 ਸਾਲ ਦੀ ਚੱਲਦੀ ਪਈ ਹੈ ਹਾਂਜੀ ਉਹ ਜ਼ਮੀਨ ਜਿਹੜੀ ਹੈ ਪਲਾਟ 27 ਨੰਬਰ ਸੇਖੜੀ ਮਿਲਕ ਪ੍ਰੋਡਕਟ ਨੂੰ ਸਾਡੇ ਹਿੱਸੇ 'ਚ ਆਇਆ ਸੀਗਾ ਇੱਕ ਹਿੱਸਾ ਉਸ ਪਲਾਟ ਦਾ ਵੱਡਾ ਪਲਾਟ ਦਾ ਇੱਧਰ ਸੇਖੜੀ ਚਲਾ ਗਿਆ ਇੱਕ ਸਾਡੇ ਹਿੱਸੇ 'ਚ ਆਇਆ ਦੋ ਹਿੱਸੇ ਹੋਏ ਨਾ ਪਰਿਵਾਰ ਜਿਹੜਾ ਸਾਡੇ ਹਿੱਸੇ 'ਚ ਆਇਆ ਉਹਦੀ ਇੰਦਰ ਸੇਖੜੀ ਨੇ ਖੁਦ ਹੀ ਲੀਜ਼ ਡੀਡ ਕੀਤੀ 33 ਸਾਲ ਦੀ ਅਤੇ ਖੁਦ ਹੀ ਜਾ ਕੇ ਸਰਕਾਰ ਕੋਲੋਂ ਰੈਜੂਲੇਸ਼ਨ ਦੇ ਕੇ ਉਹ ਜ਼ਮੀਨ ਫਰੀ ਹੋਲਡ ਕਰਾ ਦਿੱਤੀ ਹੈ ਫਰੀ ਹੋਲਡ ਹੋ ਕੇ ਰਜਿਸਟਰੀ ਹੋ ਗਈ ਹੈ ਉਹ ਫੈਕਟਰੀ ਚੱਲਣ ਡੀ ਆਲਰੇਡੀ ਉੱਥੇ ਅਤੇ ਜੇ 2014-15 ਤੋਂ ਫੈਕਟਰੀ ਚੱਲਣ ਡੀ ਆ ਅਤੇ ਅੱਜ ਆ ਕੇ ਉਹਨੇ ਰੋਕ ਦਿੱਤਾ ਕਿ ਮੈਂ ਕੰਮ ਨਹੀਂ ਨਵੀਂ ਫੈਕਟਰੀ ਨਹੀਂ ਲੱਗਣ ਦੇਣੀ ਇੱਥੇ ਸੋ ਸਾਡੀ ਜ਼ਮੀਨ ਅਸੀਂ ਆਪਣੀ ਫੈਕਟਰੀ ਲਗਾ ਰਹੇ ਹਾਂ ਅਤੇ ਉਹ ਰੋਕਦਾ ਪਿਆ ਆ ਕੇ ਉਹਨੇ ਪਹਿਲਾਂ ਤਾਂ ਰੋਕਿਆ ਨਹੀਂ 15-20 ਦਿਨ ਫੈਕਟਰੀ ਬੰਦੇ ਹੋ ਗਿਆ ਫਿਰ ਆ ਕੇ ਉਹਨੇ ਰੋਕਿਆ ਆ ਕੇ ਪੱਥਰ ਮਾਰੇ ਔਰ ਮੈਨੂੰ ਗਾਲਾਂ ਕੱਢੀਆਂ ਬੁਰਾ ਬਲਾ ਕਿਆ ਮੇਰੇ 'ਤੇ ਹੱਥ ਚੁੱਕਿਆ ਫਿਰ ਮੇਰੇ ਲੜਕੇ ਨੇ ਰੋਕਿਆ ਉਹਨੂੰ ਅਤੇ ਜੇ ਮੇਰੇ ਘਰ ਆ ਕੇ ਕੋਈ ਬੰਦਾ ਮੇਰੀ ਜ਼ਮੀਨ 'ਤੇ ਮੇਰੇ ਮੁਲਾਜ਼ਮਾਂ ਨੂੰ ਕੁੱਟੇਗਾ ਉਹਨਾਂ ਨੂੰ ਗਾਲਾਂ ਕੱਢੇਗਾ ਮੇਰੇ GM ਨੂੰ ਮਾਰੇਗਾ ਲੇਬਰ ਨੂੰ ਉਡਾਏਗਾ ਅਤੇ ਫਿਰ ਤਾਂ ਝਗੜਾ ਹੋਣਾ ਹੀ ਹੈ ਕੋਈ ਪੁਲਿਸ ਕੰਪਲੇਂਟ ਵੀ ਮੂਵ ਕੀਤਾ ਹੈ ਨਹੀਂ ਪੁਲਿਸ ਨੂੰ ਸਾਰੀ ਇਨਫੋਰਮੇਸ਼ਨ ਹੈਗੀ ਹੈ SSP ਸਾਹਿਬ ਦੀ ਨੌਲੇਜ ਹੈ ਹਰ ਚੀਜ਼ ਉਹਨਾਂ ਨੇ ਇਨਕੁਆਇਰੀ ਵੀ ਕੀਤੀ ਹੈ ਲੀਗਲ ਓਪੀਨੀਅਨ ਵੀ ਦਿੱਤਾ ਉਹਨੇ 3 ਅਫਸਰਾਂ ਕੋਲ ਰਿਪੋਰਟ ਲਿੱਤੀ ਹੈ ਹਰ ਚੀਜ਼ ਸਾਡੇ ਹੱਥ 'ਚ ਵਾ ਫਿਰ ਵੀ ਫੈਕਟਰੀ ਲੱਗਣ ਨਹੀਂ ਦੇ ਰਹੇ ਹੁਣ ਕੰਸਟਰਕਸ਼ਨ ਚੱਲ ਰਿਹਾ ਉੱਥੇ ਨਹੀਂ ਕੰਸਟਰਕਸ਼ਨ ਬੰਦ ਪਿਆ ਵਾ ਅਸੀਂ ਝਗੜਾ ਨਹੀਂ ਨਾ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਦੇਖੇ ਕਿ ਪੰਜਾਬ 'ਚ ਫੈਕਟਰੀਆਂ ਲੱਗਣੀਆਂ ਨਹੀਂ ਲੱਗਣੀਆਂ ਮੁੱਖ ਮੰਤਰੀ ਸਾਹਿਬ ਤਾਂ ਬੜੀ ਦੂਰ ਦੂਰ ਜਾ ਕੇ ਕਹਿੰਦੇ ਮੈਂ ਇੰਡਸਟਰੀ ਲਵਾਉਣੀ ਬੰਬੇ ਜਾਂਦੇ ਨੇ ਦਿੱਲੀ ਜਾਂਦੇ ਨੇ ਇਨਵੈਸਟ ਪੰਜਾਬ ਕਰਦੇ ਨੇ ਇੱਥੇ ਬੜੇ ਵੱਡੇ ਵੱਡੇ ਸ਼ੋਅਜ਼ ਕਰਦੇ ਨੇ ਕਿ ਬਾਹਰੋਂ ਇੰਡਸਟਰੀ ਲਿਆਉਣੀ ਸਾਡੇ ਜ਼ਿਲ੍ਹੇ 'ਚ ਕੋਈ ਫੈਕਟਰੀ ਆਈ ਨਹੀਂ ਮੈਂ ਜ਼ਿਲ੍ਹਾ ਗੁਰਦਾਸਪੁਰ ਅੰਮ੍ਰਿਤਸਰ ਤਰਨ ਤਾਰਨ ਦੇਖਣਾ ਕੋਈ ਨਵਾਂ ਫੈਕਟਰੀ ਆਇਆ ਨਹੀਂ ਅਤੇ ਜੇ ਇੱਕ ਫੈਕਟਰੀ ਲੱਗਣ ਲੱਗਾ ਤਾਂ ਉਹਨੂੰ ਆ ਕੇ ਲੋਕ ਰੋਕ ਦਿੰਦੇ ਨੇ ਅਤੇ ਐਡਮਿਨਿਸਟ੍ਰੇਸ਼ਨ ਸੁੱਤੀ ਰਹਿੰਦੀ ਹੈ 15 ਦਿਨ ਹੋ ਗਏ 7-8 ਦਿਨ ਹੋ ਗਏ ਨੇ ਕੀ ਇਹ ਸਵਾਲ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਦੇਖੋ ਜਿਹੜਾ ਕਰਾ ਵੀ ਬੰਦਾ ਆ ਕੇ ਪੰਜਾਬ 'ਚ ਫੈਕਟਰੀ ਲਾਵੇ ਸਾਨੂੰ ਸਭ ਨੂੰ ਸਪੋਰਟ ਕਰਨੀ ਚਾਹੀਦੀ ਕਿ ਜੇ ਇੰਡਸਟਰੀ ਲੱਗੇਗੀ ਤਾਂ ਰੋਜ਼ਗਾਰ ਮਿਲੇਗਾ ਇਸ ਫੈਕਟਰੀ ਦਾ ਤਾਂ 20-22 ਹਜ਼ਾਰ ਕਿਸਾਨਾਂ ਨੂੰ ਫਾਇਦਾ ਵੀ ਹੋਣਾ ਉਹਨਾਂ ਦੇ ਰੋਜ਼ਗਾਰ ਵੀ ਮਿਲਣਾ ਅਤੇ ਇਹ ਕੰਮ ਰੋਕ ਦਿੱਤਾ ਗਿਆ ਸਿੰਘ ਸਰ ਵੀਡੀਓ ਵਾਇਰਲ ਹੋਣਾ ਸਾਡਾ ਕੋਈ ਡਿਸਪਿਊਟ ਨਹੀਂ ਹੈਗਾ ਸਾਡਾ ਫੈਮਿਲੀ ਦਾ ਪਾਰਟੀਸ਼ਨ ਜਿਹੜਾ ਵਾ ਆਰਬਿਟ੍ਰੇਸ਼ਨ ਅਵਾਰਡ ਦੇ ਨਾਲ 2014 'ਚ ਹੋ ਗਿਆ ਸੀ ਅਵਾਰਡ ਨੂੰ ਕਿਸੇ ਚੈਲੇਂਜ ਨਹੀਂ ਕੀਤਾ ਮੇਰੇ ਬ੍ਰਦਰ ਨੇ ਵੀ ਕਿਹਾ ਕੋਰਟ 'ਚ ਅਤੇ ਮੈਂ ਵੀ ਕੋਰਟ 'ਚ ਕਿਹਾ ਕਿ ਅਵਾਰਡ ਜਿਹੜਾ ਵਾ ਇਹਨੂੰ ਅਸੀਂ ਐਜ਼ ਇਟ ਇਜ਼ ਇੰਪਲੀਮੈਂਟ ਕਰਨਾ ਅਤੇ ਝਗੜਾ ਤਾਂ ਕੋਈ ਹੈ ਹੀ ਨਹੀਂ ਬਸ ਧੱਕਾ ਹੈ ਆ ਕੇ ਕਰ ਲੈਣਾ ਕਰ ਲੈਣਾ ਕਿਉਂਕਿ ਪਹਿਲੇ ਵੀ ਚਰਚਾ ਰਹੀ ਹੈ ਬਟਾਲਾ ਸ਼ਹਿਰ ਦੀ ਜੇ ਗੱਲ ਕਰੀਏ ਚਾਹੇ ਤੁਹਾਡੀ ਇਲੈਕਸ਼ਨ ਹੋਵੇ ਜਾਂ ਕੋਈ ਵੀ ਹੋਵੇ ਕਿਉਂਕਿ ਉਹੀ ਬ੍ਰਦਰ ਜਿਹੜਾ ਕਦੀ ਤੁਹਾਡੀ ਆਪ ਇਲੈਕਸ਼ਨ ਲੜਦੇ ਸੀ ਉਹ ਦੂਸਰੀ ਪਾਰਟੀ ਚਲੇ ਜਾਣਾ ਤੁਹਾਡੇ ਅਗੇਂਸਟ ਲੜਨਾ ਇਲੈਕਸ਼ਨ ਪਰ ਉਦੋਂ ਵੀ ਇਹੀ ਚਰਚਾ ਸੀ ਕਿ ਸ਼ਾਇਦ ਫੈਮਿਲੀ ਡਿਸਪਿਊਟ ਆ ਜਿਹੜਾ ਪਾਰਟੀਸ਼ਨ ਦਾ ਕੋਈ ਡਿਸਪਿਊਟ ਹੈ ਕੋਈ ਡਿਸਪਿਊਟ ਨਹੀਂ ਹੈਗਾ ਜੀ ਮੈਂ ਦੱਸਦਾ ਕੁਛ ਲੋਕ ਲੱਗੇ ਨੇ ਕਿ ਸਾਡੀ ਫੈਮਿਲੀ ਨੂੰ ਉਹਨਾਂ ਨੇ ਤਬਾਹ ਕਰਨ ਦਾ ਫੈਸਲਾ ਕੀਤਾ ਉਹਨੂੰ ਚੁੱਕੀ ਜਾਂਦੇ ਨੇ ਉਹ ਸਮਝਦਾ ਨਹੀਂ ਪਿਆ ਪੋਲੀਟਿਕਸ 'ਚ ਵੀ ਨੁਕਸਾਨ ਕੀਤਾ ਬਿਜ਼ਨਸ 'ਚ ਵੀ ਨੁਕਸਾਨ ਕੀਤਾ ਆਪ ਵੀ ਤਾਂ ਉਹਨਾਂ ਨੇ ਦੇਖੋ ਨਾ ਬੈਂਕਾਂ 'ਚ ਸਾਰੀਆਂ ਫੈਕਟਰੀਆਂ ਬੰਦ ਕਰ ਲਈਆਂ ਬੈਂਕ ਉਹਨਾਂ ਨੇ ਮਗਰ ਚੜ੍ਹੇ ਨੇ ਬੈਂਕਾਂ ਦੇ ਪੈਸੇ ਨਹੀਂ ਦੇ ਰਹੇ ਅਤੇ ਮੇਰੇ ਨਾਲ ਲੜ ਰਹੇ ਨੇ ਦੱਸੋ ਮੈਂ ਕੀ ਕਰਾਂ ਬਿਲਕੁਲ ਇਹ ਅਸ਼ਵਨੀ ਸੇਖੜੀ ਦਾ ਪੱਖ ਸੀ ਇਹ ਵੀਡੀਓ ਜਿਹੜਾ ਵਾਇਰਲ ਹੋਇਆ ਇੱਕ ਕੰਸਟਰਕਸ਼ਨ ਸਾਈਟ ਜਿਹੜੀ ਉਹਨਾਂ ਦੀ ਚੱਲ ਰਹੀ ਉਹਨਾਂ ਦੇ ਬੇਟੇ ਦੀ ਉੱਥੇ ਉਹਨਾਂ ਦੇ ਬ੍ਰਦਰ ਪਹੁੰਚਦੇ ਨੇ ਔਰ ਜ਼ਬਰਦਸਤੀ ਕੰਮ ਨੂੰ ਰੁਕਵਾਉਣ ਦੀ ਕੋਸ਼ਿਸ਼ ਕਰਦੇ ਜਿਸ ਤੋਂ ਬਾਅਦ ਉਹ ਜੋ ਅਸ਼ਵਨੀ ਸੇਖੜੀ ਦਾ ਕਹਿਣਾ ਕਿ ਪਹਿਲਾਂ ਉਹਨਾਂ ਦੇ ਬ੍ਰਦਰ ਨੇ ਹੀ ਹਮਲਾ ਕੀਤਾ ਉਹਨਾਂ ਦੇ ਉੱਤੇ ਉਹਨਾਂ ਦੇ ਇੰਪਲੋਇਜ਼ ਨੂੰ ਰੋਕਿਆ ਗਿਆ ਉਹਨਾਂ 'ਤੇ ਉਹਨਾਂ ਨੂੰ ਵੀ ਗਾਲੀ ਗਲੋਚ ਕੀਤਾ ਗਿਆ ਜਿਸ ਤੋਂ ਬਾਅਦ ਇਹ ਜਿਹੜਾ ਪੂਰਾ ਵਾਕਿਆ ਹੋਇਆ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਗੁਰਦਾਸਪੁਰ